ਇਸੇ ਪਾਸੇ ਉਹ ਬਠਿੰਡੇ ਕਹਿ ਰਹੇ ਸੀ ਕਿ 50 ਤੋਂ ਵੱਧ ਕੰਮ ਮੈਂ ਕਰਾਇਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਦੇਖੋ ਕੰਮ ਕਰਨਾ ਉਹਨਾਂ ਦਾ ਫਰਜ਼ ਹੈ ਵੈਸੇ, ਪਰ ਸਾਰੀਆਂ ਸਕੀਮਾਂ ਸੈਂਟਰਲ ਗਵਰਨਮੈਂਟ ਦੀਆਂ, ਮੋਦੀ ਗਵਰਨਮੈਂਟ ਦੀਆਂ। ਏਮਸ ਬਣਿਆ, ਸੜਕਾਂ ਦਾ ਜਾਲ ਵਿਛਿਆ, ਸੈਂਟਰਲ ਯੂਨੀਵਰਸਿਟੀ ਬਣੀ, ਆਯੁਸ਼ਮਾਨ ਭਾਰਤ ਵਰਗੀਆਂ ਸਕੀਮਾਂ, ਸਾਰੀਆਂ ਹੀ ਸਕੀਮਾਂ ਸੈਂਟਰਲ ਗਵਰਨਮੈਂਟ ਦੀਆਂ, ਬੀਜੇਪੀ। ਤੁਸੀਂ ਆਪਣਾ ਮੁਕਾਬਲਾ ਕਿਸ ਨਾਲ ਦੇਖ ਰਹੇ ਹੋ? ਮੈਂ ਕਿਸੇ ਨਾਲ ਨਹੀਂ ਮੁਕਾਬਲਾ ਦੇਖਦੀ, ਅਸੀਂ ਜਿੱਤ ਰਹੇ ਹਾਂ। ਬਾਕੀ ਮੈਨੂੰ ਨਹੀਂ ਪਤਾ ਵੀ ਕੀ ਦਾਗੀ ਦੇ ਨਾਲ ਮੁਕਾਬਲਾ ਵਾ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਹਰਜਿੰਦਰ ਸਿੰਘ, ਬੀਕੇ ਯੂਪੀ ਗ੍ਰਾਮ ਦਾ ਜ਼ਿਲ੍ਹਾ ਦਾ ਸੈਕਟਰੀ ਹਾਂ ਮੈਂ। ਅੱਜ ਅਸੀਂ ਜਿਹੜਾ ਬੀਜੇਪੀ ਦੀ ਕੈਂਡੀਡੇਟ ਪਰਮਪਾਲ ਕੌਰ ਹੈ, ਬੀਜੇਪੀ ਦਾ ਲਗਾਤਾਰ ਪੂਰੇ ਦੇਸ਼ ਦੇ ਵਿੱਚ ਵਿਰੋਧ ਹੋ ਰਿਹਾ ਹੈ, ਕਿਉਂਕਿ ਸਾਰੇ ਤਬਕੇ, ਇਕੱਲੇ ਕਿਸਾਨਾਂ ਨੂੰ ਨਹੀਂ, ਜਿੰਨੇ ਤਬਕੇ ਇੱਥੇ ਰੋਟੀ ਖਾਂਦੇ ਹੈ, ਚਾਹੇ ਉਹ ਦੁਕਾਨਦਾਰ ਹੈ, ਛੋਟੇ, ਚਾਹੇ ਮਜ਼ਦੂਰ ਹੈ, ਚਾਹੇ ਕਿਸਾਨ ਹੈ, ਇਹਨਾਂ ਦੇ ਨਾਕੇ 'ਚ ਕੰਮ ਕਰਦਾ 10 ਸਾਲਾਂ ਦੇ ਵਿੱਚ। ਡੀਜ਼ਲ ਦਾ ਰੇਟ ਕਿੱਥੇ ਲੈ ਗਏ, ਖਾਦਾਂ ਦਾ ਕਿੱਥੇ ਲੈ ਗਏ, ਬੀਜਾਂ ਦਾ ਕਿੱਥੇ ਲੈ ਗਏ, ਸਾਡੀਆਂ ਬਿਮਾਰੀਆਂ ਦੀ ਕੀ ਹਾਲਤ ਬਣ ਗਈ। ਇਸ ਲਈ ਅਸੀਂ ਬੀਜੇਪੀ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੇ ਹਾਂ, ਪੰਜਾਬ ਦੀ ਧਰਤੀ ਦੇ ਉੱਤੇ ਹੱਲ ਖੇਡ ਜੇ ਬੀਜੇਪੀ ਵਾਲਿਆਂ ਦਾ, ਇਹ ਬਹੁਤ ਔਖੀ ਗੱਲ ਹੈ, ਕਿਉਂਕਿ ਸਾਡੇ ਬਹੁਤ ਸਾਰੇ ਕਿਸਾਨ ਹੈ ਜਿਹੜੇ ਬਾਰਡਰਾਂ ਤੇ ਹਜੇ ਵੀ ਬੈਠੇ ਹੈ, ਤੇ ਅਸੀਂ ਪੂਰਾ 13 ਮਹੀਨੇ ਲੜ ਕੇ ਕਾਨੂੰਨ ਰੱਦ ਕਰਵਾਏ, ਵਾਪਸ ਕਰਾਏ, ਤੇ ਹੁਣ ਪ੍ਰਚਾਰ ਕਰ ਰਹੇ ਹਾਂ ਵੀ ਕਾਨੂੰਨ ਬਹੁਤ ਚੰਗੇ ਹੈ। ਇਹ ਲੋਕਾਂ ਦੇ ਵਿੱਚ ਆਪਦਾ ਪ੍ਰਚਾਰ ਕਰਨ, ਜੇ ਚੰਗੇ ਕਾਨੂੰਨ ਆ ਕੇ ਡਰਦੇ ਕਿਉਂ ਫਿਰਦੇ ਹੈ? ਆ ਪੁਲਿਸ ਦੀ ਧਾੜ ਮੂਹਰੇ ਖੜਾ ਕੇ ਲਗਾਤਾਰ ਜਿਹੜਾ ਆਪਦਾ ਪ੍ਰਚਾਰ ਦਾ ਸਾਧਨ ਬਣਾਇਆ ਹੋਇਆ, ਇਹ ਬਿਨਾਂ ਪੁਲਿਸ ਤੋਂ ਹੋਰ ਇਹ ਪਿੰਡਾਂ ਦੇ ਵਿੱਚ ਆ ਕੇ ਵੜਨ ਸਾਡੀਆਂ ਫਿਰਨੀਆਂ ਦੇ ਉੱਤੇ, ਅਸੀਂ ਲਗਾਤਾਰ ਇਹਨਾਂ ਦਾ ਵਿਰੋਧ ਹੈ ਜਿਹੜਾ ਉਸ ਪੱਧਰ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਇਹਨਾਂ ਦੀ ਵਾਪਸੀ ਇੱਥੇ ਪੰਜਾਬ ਦੇ ਵਿੱਚੋਂ ਨਹੀਂ ਹੋਊ।